ਅਈ ਸਰ ਜਿਹੜਾ ਕੇਂਦਰ ਸਰਕਾਰ ਦੇ ਨੂੰ ਮਾਲੂਮ ਗੱਡੀਆਂ ਬੰਦ ਕੀਤੀ ਹੈ ਕੀ ਕਰਜੋ ਬਹੁਤ ਮਾੜੀ ਗੱਲ ਹੈ ਨਿੰਦਨ ਵਾਲੀ ਗੱਲ ਹੈ ਕੇਂਦਰ ਸਰਕਾਰ ਦਾ ਨਾ ਪੱਖੀ ਰਵਈਆ ਕਿਸਾਨਾਂ ਪ੍ਰਤੀ ਔਰ ਇੱਕ ਉਕਸਾਉਣਾ ਕਿਸੇ ਨੂੰ ਉਹ ਵੀ ਅੱਜ ਸਾਬਤ ਹੋ ਗਿਆ ਕਿਉਂਕਿ ਕੇਂਦਰ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਇੱਕ ਅਖਬਾਰੀ ਬਿਆਨ ਦਿੱਤਾ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਸੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕੀਤਾ ਔਰ ਉਹਨਾਂ ਨੇ ਮਾਲ ਗੱਡੀਆਂ ਜਿਹੜੀਆਂ ਨੇ ਚਲਾਉਂਦੀ ਕਿਸਾਨਾਂ ਨੇ ਜਾਜ ਦਿੱਤੀ ਕਿ ਕਿਸਾਨ ਉੱਠ ਪਏ ਸੀ ਇਹ ਪੈਸੇਂਜਰ ਗੱਡੀਆਂ ਜਿੰਨੀ ਇਹਨਾਂ ਨੂੰ ਲੋੜੇ ਸਾਡੇ ਪੰਜਾਬ ਨੂੰ ਵੀ ਲੋੜਿਆ ਪੰਜਾਬ ਦੇ ਪੰਜਾਬ ਦੇ ਲੋਕ ਵੀ ਬਾਹਰ ਅੰਦਰ ਜਾਂਦੇ ਨਹੀਂ ਸਾਡਾ ਜਿਵੇਂ ਸ਼ਹਿਰ ਹੈ ਟੂਰਿਸਟ ਸਿਟੀ ਹੈ ਪਰ ਲੋਕ ਫਿਰ ਵੀ ਪੰਜਾਬ ਦੇ ਕਿਸਾਨਾਂ ਨਾਲ ਖੜੇ ਨੇ ਇਹ ਇਹਨਾਂ ਨੂੰ ਸਮਝ ਵਿੱਚੋਂ ਬਾਹਰ ਆ ਇਹਨਾਂ ਦੀ ਸਮਝ ਨਹੀਂ ਪੈ ਰਿਹਾ ਕਿ ਜਿਹੜਾ ਪੰਜਾਬ ਦਾ ਆਮ ਜਨਤਾ ਆ ਚਾਹੇ ਵਪਾਰੀ ਆ ਕੋਈ ਵਰਗ ਕਿਸਾਨ ਨਾ ਖੜਾ ਆ ਇਹ ਕਦੀ ਤੇ ਦਲਤ ਕਾਰਡ ਖੇਡਦੇ ਨੇ ਕਦੀ ਜਹੇ ਬਿਆਨ ਦਿੱਲੀਓ ਦਿੱਲੀਓ ਜਿਹੜੇ ਇਹ ਛੱਡਦੇ ਨੇ ਇਹਦੇ ਨਾਲ ਸਾਡਾ ਮਾਹੌਲ ਖਰਾਬ ਹੁੰਦਾ ਅਸੀਂ ਬਾਰਡਰ ਬੈਲਟ ਤੇ ਆ ਅਸੀਂ ਪਹਿਲਾਂ ਹੀ ਬਹੁਤ ਲੜਾਈਆਂ ਲੜੀਆਂ ਅਸੀਂ ਉਹੀ ਪੰਜਾਬੀ ਆ ਜਿਨ੍ਹਾਂ ਨੇ ਅਸੀਂ ਪਛੜੇ ਕੁਰਬਾਨੀਆਂ ਦਿੱਤੀਆਂ ਸੀ ਜਿਨ੍ਹਾਂ ਨੇ ਦੇਸ਼ ਦਾ ਅੰਨ ਭੰਡਾਰ ਭਰਿਆ ਸੀ ਔਰ ਉਹ ਅੰਨ ਭੰਡਾਰ ਭਰਨ ਦੇ ਕਾਰਨ ਅਸੀਂ ਆਪਣੇ ਪਾਣੀ ਖਤਮ ਕਰ ਚੁੱਕੇ ਪਰ ਕੇਂਦਰ ਦਾ ਨਾ ਪੱਕੀ ਰਵਈਆ ਇਹ ਜਿਹੜਾ ਆ ਇਹ ਗਲਤ ਸਾਬਤ ਹੋਏਗਾ ਔਰ ਇਹ ਜਿਵੇਂ ਕਿਸੇ ਨੂੰ ਉਕਸਾਉਣਾ ਹੁੰਦਾ ਹੈ ਇੱਕ ਤਰੀਕੇ ਦੇ ਨਾਲ ਪੰਜਾਬ ਨੂੰ ਖਸਾ ਰਿਹਾ ਪਰ ਪੰਜਾਬ ਨੇ ਇੰਨੇ ਮਾੜੇ ਚੰਗੇ ਹਾਲਾਤ ਦੇਖੇ ਨੇ ਪੈਨੋ ਪੰਜਾਬ ਦੀ ਇਹਨਾਂ ਚੀਜ਼ਾਂ ਦੇ ਬਹੁਤ ਦੂਰ ਰਹਿ ਕੇ ਆਪਣੀ ਪੱਖ ਦੀ ਸ਼ਾਂਤਮਈ ਤਰੀਕੇ ਦੇ ਨਾਲ ਗੱਲ ਜਿਹੜੀ ਖਸਾ ਜਥੇਬੰਦੀਆਂ ਰੱਖ ਰਹੀਆਂ ਨੇ ਪੰਜਾਬ ਦੀ ਪਰ ਇਹਨਾਂ ਦਾ ਨਾ ਪੱਖੀ ਰਵਈਆ ਜਿਹੜਾ ਆ ਉਹ ਕਿਤੇ ਨਾ ਕਿਤੇ ਮੁਸ਼ਕਲ ਪੈਦਾ ਕਰ ਸਕਦਾ ਗੜੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਬਿਆਨ ਜਿਹੜੇ ਆ ਇਹਨਾਂ ਨੂੰ ਅਖਬਾਰਾਂ ਰਾਹੀਂ ਨਹੀਂ ਦੇਣੇ ਚਾਹੀਦੇ ਜੇ ਕੋਈ ਗੱਲ ਹੈ ਮੁੱਖ ਮੰਤਰੀ ਸਾਹਿਬ ਨਾਲ ਬੁਲਾ ਕੇ ਉੱਥੇ ਕਰਨੀ ਚਾਹੀਦੀ ਹੈ